ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਜਿਹੜੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਇਹ ਮਾਤਾ ਜੀਤ ਕੌਰ ਦੀ ਵੀਡੀਓ ਹੈ ਜੀ ਲੋਹੀਆਂ ਕਸਬਾ ਛੋਟਾ ਜਿਹਾ ਜਲੰਧਰ ਜ਼ਿਲ੍ਹੇ ਦੇ ਵਿੱਚ ਉੱਥੋਂ ਦੀ ਵੀਡੀਓ ਹੈ ਜੀ ਅਤੇ ਆ ਮਾਤਾ ਜੀ ਜਿਹੜੇ ਤੁਸੀਂ ਬੈਠੇ ਦੇਖਦੇ ਹੋ ਉੱਪਰ ਜੀਤ ਕੌਰ ਜੀ ਨੂੰ ਉਹਨਾਂ ਨੂੰ ਕੋਠੇ ਦੇ ਉੱਪਰ ਸਾਰੀ ਦਿਹਾੜੀ ਦੁਪਹਿਰ ਦੇ ਵਿੱਚ ਗਰਮੀ 'ਚ ਉੱਪਰ ਰੱਖਿਆ ਜਾਂਦਾ ਜੀ ਥੱਲੇ ਕੁੰਡਾ ਲਾ ਕੇ ਜੀ ਪਿਛਲੇ 2 ਸਾਲਾਂ ਤੋਂ ਮਾਤਾ ਨਾਲ ਬਹੁਤ ਸਿੱਦਤ ਕੀਤਾ ਜਾਂਦਾ ਸੀ ਅਤੇ ਮਾਤਾ ਜੀ ਜੇ ਕਿਤੇ ਟੋਇਲਟ ਵੀ ਭੈਣ ਦੱਸਦੇ ਸੀ ਉਹਨਾਂ ਰਿਸ਼ਤੇਦਾਰ ਵੀ ਜੇ ਕਿਤੇ ਟੋਇਲਟ ਵੀ ਮਾਰਤਾ ਜਾਂ ਬਾਥਰੂਮ ਵੀ ਕਿਤੇ ਉੱਪਰ ਕਰ ਲੈਂਦੇ ਸੀ ਤਾਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਜੇ ਮਾਤਾ ਜੀ ਬਾਥਰੂਮ ਕਿਤੇ ਕਰ ਲੈਂਦੇ ਸੀਗੇ ਉਹਦੇ ਵਿੱਚ ਜਿਹੜਾ ਉਹਦਾ ਕੋਲ ਭਾਂਡਾ ਰੱਖਿਆ ਤਾਂ ਮਾਤਾ ਜੀ ਨੂੰ ਉਹਨੂੰ ਪੀਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਵੀ ਤੂੰ ਪੀ ਇਹਨੂੰ ਹੁਣ ਤੂੰ ਜੇ ਕੀਤਾ ਤਾਂ ਇੱਦਾਂ ਤਾਂ ਤੁਸੀਂ ਜਿਹੜੀ ਦੇਖ ਰਹੇ ਹੋ ਮਾਤਾ ਚਰਨ ਕੌਰ ਆ ਜਿਹੜੀ ਮਾਤਾ ਦੀ ਨੂੰਹ ਆ ਅਤੇ ਉਹ ਕੁੱਟ ਰਹੀ ਆ ਅਤੇ ਮਾਤਾ ਦਾ ਬੇਟਾ ਵਾ ਚਰਨ ਸਿੰਘ ਜਿਹੜਾ ਕੋਲੇ ਬੈਠ ਕੇ ਕਟਵਾਉਂਦਾ ਸੀਗਾ ਜਿਹੜਾ ਕਿ ਹੁਣ ਇਸ ਵੀਡੀਓ 'ਚ ਦਿਖਾਈ ਨਹੀਂ ਦੇ ਰਿਹਾ ਬਿਲਕੁਲ ਸਾਈਡ 'ਤੇ ਇੱਧਰਲੀ ਸਾਈਡ ਬੈਠਾ ਉਹ ਵੀਰ ਵੀ ਅਤੇ ਜਾਣੀ ਕਿ ਉਹਨੂੰ ਬੜੀ ਸ਼ਰਮ ਦੀ ਗੱਲ ਆ ਵੀ ਅੱਜ ਕੱਲ੍ਹ ਮਾਂ ਪਿਓ ਦੇ ਨਾਲ ਬੱਚੇ ਇੱਦਾਂ ਕਰ ਰਹੇ ਨੇ ਇਹ ਵੀ ਬਜ਼ੁਰਗ ਆ ਦੋਨੋਂ ਇਹਨਾਂ ਦੀ ਵੀ ਏਜ ਕਾਫੀ ਆ ਅਤੇ ਅਸੀਂ ਫੋਟੋ ਸ਼ੇਅਰ ਵੀ ਕੀਤੀ ਆ ਅਤੇ ਇਹ ਲੋਹੀਆਂ ਹਲਕੇ ਦੀ ਫੋਟੋ ਆ ਜੀ ਅਤੇ ਬਹੁਤ ਹੀ ਜ਼ਿਆਦਾ ਮਾਤਾ ਦਾ ਮਾੜਾ ਹਾਲ ਸੀ ਸਰੀਰ ਦੇ ਉੱਤੇ ਛੋਟੇ ਛੋਟੇ ਨੀਲ ਜ਼ਖਮ ਪਏ ਹੋਏ ਹੋਏ ਆ ਚੂੜਾ ਟੁੱਟਿਆ ਹੋਇਆ ਮਾਤਾ ਜੀ ਦੀ ਇੱਕ ਬਾਂਹ ਵੀ ਟੁੱਟੀ ਹੋਈ ਆ ਅਤੇ ਅੱਜ ਮਾਤਾ ਜੀ ਆਪਣੀ ਪੋਤੀ ਦੇ ਘਰ ਅੱਜ ਆਪਣੇ ਸਕੂਨ ਭਰੀ ਰਾਤ ਅੱਜ ਕੱਟਣਗੇ ਜੀ ਮਾਤਾ ਦੀ ਪੋਤੀ ਨੇ ਇਹਨਾਂ ਦੇ ਪਰਿਵਾਰ ਜ਼ਿੰਮੇਵਾਰੀ ਲਈ ਹੈ ਸੰਭਾਲਣ ਦੀ ਸਾਡੀ ਸੰਸਥਾ ਨੇ ਮਾਤਾ ਜੀ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਹੈ ਜੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਲਾਜ ਕਰਵਾਵਾਂਗੇ ਮਾਤਾ ਜੀ ਦਾ ਅਤੇ ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਜੀ ਜਦੋਂ ਇੱਦਾਂ ਦੀ ਕੋਈ ਤੁਹਾਡੇ ਨੇੜੇ ਤੇੜੇ ਵੀ ਕੋਈ ਘਟਨਾ ਹੁੰਦੀ ਆ ਤਾਂ ਜ਼ਰੂਰ ਨੋਟਿਸ ਲਿਆ ਕਰੋ ਜ਼ਰੂਰ ਧਿਆਨ ਰੱਖਿਆ ਕਰੋ ਇੱਦਾਂ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਤਸ਼ੱਦਦ ਝੱਲਣਾ ਪੈਂਦਾ ਉਹਦਾ ਖਿਆਲ ਰੱਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ